ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਬੀਤੇ ਦਿਨੀ ਆਪਣੀ ਪਦਵੀ ਤੋਂ ਅਸਤੀਫਾ ਦੇ ਦਿੱਤਾ ਜੋ ਜਥੇਦਾਰ ਸ੍ਰੀ ਕਲਤਖਸਾਬ ਨੇ ਉਹ ਵੀ ਮੈਦਾਨ ਚਾਉਂਦੇ ਨੇ ਤੇ ਆਪਣਾ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਸਮੂਹਿਕ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਤੇ ਇਹ ਵੀ ਨਾਲ ਆਦੇਸ਼ ਜਾਰੀ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫਾ ਨਾਮਜ਼ੂਰ ਕੀਤਾ ਜਾਂਦਾ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਦੇ ਨੇ ਵਿਰਸਾ ਸਿੰਘ ਬਲਟੋਹਾ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਸਮੁੱਚਾ ਸਿੱਖ ਜਗਤ ਆ ਜਿਹੜਾ ਉਹ ਸਿੰਘ ਸਹਿਬਾਨ ਦੇ ਹੱਕ ਦੇ ਵਿੱਚ ਡਟ ਗਿਆ। ਸੱਚਖਾਲਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪ੍ਰੋਗਰਾਮ ਬੋਲਦਾ ਪੰਜਾਬ 'ਚ ਗੱਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਬੀਤੇ ਦਿਨੀ ਆਪਣੀ ਪਦਵੀ ਤੋਂ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੋ ਜਥੇਦਾਰ ਸ੍ਰੀ ਕਲਤਕ ਸਾਬ ਨੇ ਉਹ ਵੀ ਮੈਦਾਨ ਚਾਉਂਦੇ ਨੇ ਤੇ ਆਪਣਾ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਸਮੂਹਿਕ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਤੇ ਇਹ ਵੀ ਨਾਲ ਆਦੇਸ਼ ਜਾਰੀ ਕਰਦੇ ਨੇ ਕਿ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਬਕਾਇਦਾ ਮੀਡੀਆ ਦੇ ਰੁਬਰੂ ਹੁੰਦਿਆਂ ਐਲਾਨ ਕਰ ਦਿੱਤਾ ਹੈ ਫੈਸਲਾ ਸੁਣਾ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫਾ ਨਾਮਨਜ਼ੂਰ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਇੱਕ ਕੱਥ ਵੀ ਹੁੰਦਾ ਪੰਥਕ ਕੱਟ ਕੀਤਾ ਜਾਂਦਾ ਅਕਾਲੀ ਦਲ ਦਾ ਵਫਦ ਮਿਲਦਾ ਉਸ ਤੋਂ ਬਾਅਦ ਜਿਹੜੀ ਵਿਰੋਧੀ ਧਿਰ ਹੈਗੀਆਂ ਉਹਨਾਂ ਦਾ ਵਫਦ ਮਿਲਦਾ ਦੂਜੇ ਪਾਸੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਉਹ ਵੀ ਮੈਦਾਨ 'ਚ ਆਉਂਦੀ ਹੈ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਦੇ ਨੇ ਮੰਗ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਤੇ ਸ਼ਰੋਮਣ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੁਸੀਂ ਸਾਰੇ ਮਸਲੇ ਤੇ ਅੱਜ ਗੱਲਬਾਤ ਕਰਾਂਗੇ ਕਿ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਆਪਣੇ ਸਿੰਘ ਸਹਿਬਾਨ ਦੀ ਪਦਵੀ ਤੇ ਬਣੇ ਰਹਿਣਗੇ ਸੋ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਅਮਰਜੀਤ ਸਿੰਘ ਮੇਰੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਕੀ ਲੱਗਦਾ ਹੈ ਕਿ ਹੁਣ ਸਿੰਘ ਸਹਿਬਾਨ ਆਪਣੀ ਪਦਵੀ ਤੇ ਬਣੇ ਰਹਿਣਗੇ ਮਰ ਪਾਣ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਜਿਹੜਾ ਜਦੋਂ ਹੀ ਮਾਮਲਾ ਸਾਹਮਣੇ ਆਇਆ ਸਿੰਘ ਸਾਫਗਾਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਕੱਲ ਅਸਤੀਫਾ ਜਿਹੜਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜੀਤ ਸਿੰਘ ਧਾਮੀ ਨੇ ਆਪਣਾ ਬਿਆਨ ਦਿੱਤਾ ਉਸ ਤੋਂ ਬਾਅਦ ਰਾਜਨੀਤਿਕ ਪਾਰਟੀ ਦੇ ਲੀਡਰ ਨੇ ਉਹ ਆਪਣਾ ਬਿਆਨ ਦੇ ਰਹੀ ਨਹੀਂ ਕਿਉਂਕਿ ਸਮੁੱਚਾ ਸਿੱਖ ਜਗਤ ਹੈ ਜਿਹੜਾ ਉਹ ਸਿੰਘ ਸਬਾਨਾ ਦੇ ਹੱਕ ਦੇ ਵਿੱਚ ਡੱਟ ਗਿਆ ਤਾਂ ਉਸ ਤੋਂ ਬਾਅਦ ਸਿੰਘ ਸਭਾ ਨੂੰ ਲੱਗਿਆ ਵੀ ਸ਼ਾਇਦ ਮੈਨੂੰ ਲੱਗਦਾ ਵੀ ਜਿਹੜੇ ਇਹ ਨਾਜ ਦਿਵੇਂ ਤੁਸੀਂ ਪਹਿਲਾ ਜ਼ਿਕਰ ਕੀਤਾ ਵੀ ਪੰਥਕ ਕੱਠ ਜਿਹੜਾ ਹੈ ਅੱਜ ਜਿਹੜਾ ਤਕਸੀਦ ਦਮਦਵਾ ਸਾਹਿਬ ਇੱਕੇ ਹੋਇਆ ਤਾਂ ਉਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜੋ ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲੈ ਦੇ ਲੀਡਰ ਸਭਾ ਨੇ ਉੱਥੇ ਪਹੁੰਚੇ ਨੇ ਉਸ ਤੋਂ ਬਾਅਦ ਪੁੰਦਰ ਸਾਹਿਬ ਵੀ ਉੱਥੇ ਪਹੁੰਚੇ ਨੇ ਕਾਫੀ ਬੜੇ ਕਾਲੀ ਲੀਡਰ ਬਹੁਤ ਪਹੁੰਚੇ ਨੇ ਸੋ ਪਹਿਲਾਂ ਕੁ ਸੁਣਾ ਦੇ ਕਿ ਅੱਜ ਐਸਜੀਪੀਸੀ ਪ੍ਰਧਾਨ ਵੱਲੋਂ ਜਿਹੜਾ ਅਸਤੀਫਾ ਨਾ ਮਨਜ਼ੂਰ ਕਰਨ ਦੀ ਗੱਲ ਕਹੀ ਹੈ ਬਾਕੀ ਤਾਂ ਉਹਨਾਂ ਮੀਡੀਆ ਤੇ ਰੂਬਰ ਹੁੰਦਿਆ ਕਿ ਅਸਤੀਫਾ ਇਹਨਾਂ ਦਾ ਜਿਹੜਾ ਰੱਦ ਕੀਤਾ ਜਾਂਦਾ ਤੇ ਉਹਨਾਂ ਨੇ ਕੀ ਕਿਹਾ ਉਹ ਸੁਣਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਮ 5:00 ਵਜੇ ਮੈਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੇ ਦਾ ਤੱਕ ਸੀ ਦਾਨਮਾ ਸਾਹਿਬ ਦਾ ਟੈਲੀਫੋਨ ਆਇਆ ਸੀ ਤੇ ਉਹਨਾਂ ਨੇ ਇੱਕ ਮੈਨੂੰ ਵਟਸਐਪ ਆਪਣਾ ਸਤੀਪਾ ਭੇਜਿਆ ਸੀ ਤੇ ਮੈਂ ਉਹਦਾਂ ਨੂੰ ਉਹਦੋਂ ਵੀ ਬੇਨਤੀ ਕੀਤੀ ਸੀ ਕਿ ਆਪਾਂ ਤੁਹਾਡੇ ਨਾਲ ਆ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਨਾਲ ਆ ਔਰ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੰਘ ਸਾਹਿਬਾਂ ਦਾ ਸਤਕਾਰ ਵੀ ਕਰਦੀ ਆ ਤੇ ਉਹਨਾਂ ਦੇ ਦਿੱਤੇ ਉਦੇਸ਼ਾਂ ਦੇ ਉੱਤੇ ਖੜੀ ਵੀ ਹੁੰਦੀ ਆ ਤੋ ਮੈਂ ਸਾਰੀ ਸਿੱਖ ਸੰਗਤ ਨੂੰ ਵੀ ਤੇ ਸਿੰਘ ਸਾਹਿਬਾਂ ਨੂੰ ਵੀ ਬੇਨਤੀ ਕਰਦਾ ਕਈ ਵਾਰੀ ਔਖੇ ਸੌਖੇ ਸਮੇ ਜਿਹੜੇ ਆਉਂਦੇ ਰਹਿੰਦੇ ਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੀਤਾ ਦੀ ਪੂਰਤੀ ਤੋਂ ਕਦੇ ਵੀ ਪਿੱਛੇ ਨਹੀਂ ਹਟੀ ਕਿ ਪ੍ਰਗਾੜ ਚ ਆ ਕੇ ਕਿਉਂਕਿ ਤੁਸੀਂ ਵੀ ਪੰਥ ਦੇ ਸਤਕਾਰਤ ਆਗੂ ਨਹੀਂ ਤੁਸੀਂ ਲੀਡ ਕਰਨ ਵਾਲੇ ਸਿੰਘ ਸਹਿਬਾਨ ਤੁਸੀਂ ਵੀ ਇਹੋ ਜਿਹੀ ਕੋਈ ਗੱਲ ਨਾ ਕਰੋ ਜਿਹਦੇ ਨਾਲ ਜਿਹੜੀਆਂ ਆ ਉਹ ਦੋਰੀਆਂ ਬਦਲ ਪਰ ਸ਼ੌਮਨੀ ਗੁਰਦਾਰਾ ਪਰਵੰਤ ਕਮੇਟੀ ਬਲ ਮੈਂ ਯਕੀਨ ਦਵਾਣਾ ਕਿ ਅਸੀਂ ਹਮੇਸ਼ਾ ਹੀ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨਾਂ ਦੇ ਨਾਲ ਪਹਿਲਾਂ ਵੀ ਸੀ ਤੇ ਅੱਜ ਵੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਅਮਰਜੀਤ ਦੇਖੋ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇਹ ਐਲਾਨ ਕਰਤਾ ਫੈਸਲਾ ਸੁਣਾਤਾ ਕਿ ਇਹਨਾਂ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਜਾਂਦਾ ਪਰ ਗੱਲ ਇਹ ਹੈ ਕਿ ਜੇਕਰ SGPC ਤੇ ਸ਼੍ਰੋਮਣੀ ਅਕਾਲੀ ਦਲ ਜੀ ਸਹਿਬ ਦੇ ਨਾਲ ਅੱਜ ਮੈਦਾਨ 'ਚ ਆਇਆ ਹੂੰ ਤੇ ਮੈਨੂੰ ਲੱਗਦਾ ਵੀ ਜੇਕਰ ਇਹ ਦੋਨੋਂ ਧਿਰਾਂ ਪਿਛਲੇ 24 ਘੰਟਿਆਂ ਜਾਂ 38 ਘੰਟੇ ਪਹਿਲਾਂ ਹੂੰ ਬਿਲਕੁਲ ਜਦੋਂ ਵਿਰਸਾ ਸਿੰਘ ਬਲਟੋਹਾ ਮੈਦਾਨ 'ਚ ਆ ਕੇ ਬੋਲੇ ਤੇ ਉਹਨਾਂ ਨੇ ਕਿਰਦਾਰ ਕੁਸ਼ੀ ਸ਼ੁਰੂ ਕੀਤੀ ਜੇਕਰ ਉਦੋਂ ਮੈਦਾਨ 'ਚ ਉਹਦੇ ਮੈਨੂੰ ਲੱਗਦਾ ਸ਼ਾਇਦ ਇੱਥੋਂ ਤੱਕ ਇਹ ਹਾਲਾਤ ਨਹੀਂ ਬਣਨੇ ਸੀ ਕੀ ਕਹਿ ਰਹੇ ਸੀ ਬਣਨੇ ਨਹੀਂ ਸੀਗੇ ਔਰ ਦੂਜੀ ਗੱਲ ਮੈਂ ਇਹ ਵੀ ਨਾਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਬਿਰਸਾ ਸਿੰਘ ਬਲਟੋਹਾ ਨੇ ਜਿਸ ਸਾਹਬ ਨਾਲ ਬੇਲਗਾਮ ਹੋ ਕੇ ਸਿੰਘ ਸਹਿਵਾਨਾ ਦੇ ਖਿਲਾਫ ਆਪਣਾ ਪ੍ਰਚਾਰ ਸ਼ੁਰੂ ਕੀਤਾ ਵਾ ਬਿਲਕੁਲ ਠੀਕ ਹੈ ਕਿ ਦੇਖੋ ਪਹਿਲਾ ਉਹਨਾਂ ਨੇ ਬੋਲਿਆ ਮੰਨ ਲਓ ਉਹਨਾਂ ਨੇ ਜਿਹੜਾ ਆਪਣੇ ਸੋਸ਼ਲ ਪੇਜ ਦੇ ਉੱਪਰ ਇੱਕ ਪਾਇਆ ਲਿਖ ਕੇ ਜਿੱਥੋਂ ਬਾਅਦ ਉਹਨਾਂ ਨੂੰ ਤਲਵ ਕੀਤਾ ਗਿਆ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੂੰ ਉੱਥੇ ਰੁਕ ਜਾਣਾ ਚਾਹੀਦਾ ਸੀ ਤੇ ਦੂਜੀ ਗੱਲ ਕੀ ਵੀ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਤੋਂ ਅੰਦਰ ਬੁਲਾਇਆ ਗਿਆ ਤੇ ਉਹਨਾਂ ਨਾਲ ਸਵਾਲ ਜਵਾਬ ਹੋ ਰਹੇ ਸੀ ਤੇ ਕਹਿੰਦੇ ਵੀ ਉਹ ਸਿੰਘ ਸਹਿਬਾਨ ਨੇ ਉਹਨਾਂ ਨੂੰ ਸਵਾਲ ਜਵਾਬ ਕਰਨੇ ਸੀ ਤਾਂ ਅੰਦਰ ਉਹ ਸਿੰਘ ਸਹਿਬਾਨਾਂ ਨੂੰ ਸਵਾਲ ਜਵਾਬ ਕਰ ਰਹੇ ਸੀ ਇਹ ਵੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਰਬਾਣਾ ਚ ਹੋਰ ਵੀ ਅਜੀਤ ਨਾਲ ਗੱਲ ਕਰ ਰਹੇ ਹਾਂ ਵਿਰਸਾ ਸਿੰਘ ਬਲਟੋਆ ਨੂੰ ਜਿਹੜਾ ਇੰਨੀ ਜੜੀ ਹੈ ਤਲਬ ਕਿਉਂ ਲੱਗੀ ਹੈ ਜਨਨ ਕਿ ਇੰਨੀ ਅੱਗ ਆਪਾਂ ਪੰਜਾਬੀ ਚ ਕੀ ਹੈ ਕਿਉਂ ਲੱਗੀ ਹੈ ਉਹਨਾਂ ਨੇ ਸਿੱਧਾ ਤੌਰ ਤੇ ਮੇਰੇ ਮੈਿਕ ਚੈਨਲ ਤੇ ਦੇਖ ਰਿਹਾ ਸੀ ਉਹ ਕਹਿੰਦੇ ਮੇਰੀਆਂ ਲੱਪਤਾ ਵੜਨ ਦਿੰਦੇ ਮੇਰੀਆਂ ਬਾਹ ਵੜਨ ਦਿੰਦੇ ਪਰ ਮੇਰੀ ਗਰਦਨ ਵੀ ਵੜਨ ਦਿੰਦੇ ਪਰ ਮੈਨੂੰ ਸ਼ਰੋਮਣੀਆਂ ਕਾਲੀ ਤਲ ਦਾ ਨਾ ਕੱਟ ਦੇ ਕਹਿੰਦਾ ਕਹਿੰਦਾ ਇਸ ਕਰਕੇ ਮੈਨੂੰ ਲੱਗਦਾ ਕਿ ਕਿਤਨੇ ਕਿਤੇ ਇਸ ਕਰਕੇ ਜਿਹੜਾ ਉਹ ਸਿੱਧੇ ਤੌਰ ਤੇ ਜਿਹੜਾ ਪਰਿਵਾਰਿਕ ਅਟੈਕ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਦੇਖੋ ਦੋ ਗੱਲਾਂ ਆ ਰਹੀਆਂ ਮਰਜੀ ਇਹਦੇ ਚ ਦੋ ਗੱਲਾਂ ਜਿਹੜੇ ਸਾਹਮਣੇ ਆ ਰਹੀਆਂ ਵੈਸੇ ਤਾਂ ਸਿੰਘ ਸਹਿਬਾਨਾਂ ਦੇ ਜਿਹੜੇ ਫੈਸਲੇ ਸਿਰ ਮ ਫਿਰ ਵੀ ਜੋ ਪੰਤਕ ਸਭਾ ਚ ਗੱਲ ਚੱਲ ਰਹੀ ਹੈ ਮੈਂ ਉਸ ਤੇ ਗੱਲਬਾਤ ਕਰਾਂਗਾ ਸਿਰਫ 1 ਮਿੰਟ ਲਈ ਕਿ ਪੰਤਕ ਸਭਾ ਚ ਕੁਝ ਕੁ ਲੋਕ ਇਹ ਗੱਲ ਕਹਿੰਦੇ ਨੇ ਕਿ ਜੋ ਸਿੰਘ ਸਹਿਬਾ ਇਹ ਅਕਾਲੀ ਦਲ ਵੀ ਇਹ ਗੱਲ ਕਹਿ ਰਿਹਾ ਮੈਂ ਅਕਾਲੀ ਦਲ ਸਵੇਰੇ ਵੀ ਇੱਕ ਅਕਾਲੀ ਲੀਡਰ ਦੇ ਜਿਹੜੀ ਗੱਲ ਸੁਣ ਰਿਹਾ ਸੀਗਾ ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਮਾਮਲਾ ਉੱਥੋਂ ਜ਼ਿਆਦਾ ਭੱਖਿਆ ਜਦੋਂ ਸਿੰਘ ਸਹਿਬਾਨ ਆਪਣੇ ਪੈਰੋਗੇਟਿਵ ਤੋਂ ਬਾਹਰ ਜਾ ਕੇ ਫੈਸਲਾ ਸੁਣਾਇਆ ਠੀਕ ਹੈ ਕਿਉਂ ਕਿਉਂਕਿ ਉਹ ਕਹਿੰਦੇ ਸਿੰਘ ਸਹਿਬਾਨ ਦਾ ਪੈਰੋਗੇਟਿਵ ਇਹ ਹੈ ਕਿ ਤੁਸੀਂ ਇੱਕ ਧਾਰਮਿਕ ਸਜ਼ਾ ਸੁਣਾ ਸਕਦੇ ਹੋ बिरसा सिंह बल्टोहा ਨੂੰ ਕੋਈ ਵੀ ਧਾਰਮਿਕ ਸਜ਼ਾ ਨਹੀਂ ਸੁਣਾਈ ਗਈ। बिरसा सिंह बल्टोहा ਨੂੰ ਸਿਰਫ 파ਟ ਚੋਂ ਕੱਢਿਆ ਗਿਆ। ਉਹ ਕੀ ਹੈ ਉਹ ਕਰ ਰਾਜਨੀਤਿਕ ਉਹਨਾਂ ਨੂੰ ਇਹ ਲਾ ਲਓ ਵੀ ਰਾਜਨੀਤਿਕ ਸਜ਼ਾ। ਜਦੋਂ ਇੱਕ 파ਟ ਚੋਂ ਕੱਢ ਦਿੱਤਾ ਗਿਆ ਉਹਨੂੰ ਫੈਸਲਾ ਹਾਂ ਤਾਂ 파ਟ ਚੋਂ ਕੱਢ ਦੋ। ਤਾਂ ਉਹਦੇ ਨਾਲ ਵਰਤਨਾ ਦੀ ਸੇਵਾ, ਕਾਨਪੜ ਸਾਹਿਬ ਕਰਨ ਨੇ, 파ਟ ਸੁਣਨੇ ਦੇਖ ਕਰਾਉਣੀ ਜਾਂ ਦਰਬਾਰ ਸਾਹਿਬ ਜਾ ਕੇ ਸੇਵਾ ਕਰਨੀ ਮਤਲਬ ਇਦਾਂ ਦੀ ਕੋਈ ਵੀ ਜਿਹੜੀ ਸਜ਼ਾ ਨਹੀਂ ਸੁਣਾਈ ਪਰ ਪਣ ਜੀ ਕਿਤਨਾ ਗੱਲ ਦੀ ਆਪਾਂ ਗੱਲ ਕੀਤੀ ਹੈ ਪਰ ਪਰਵਾਰਿਕ ਟਿੱਪਣੀ ਤਾਂ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਿੰਘ ਸਹਬਾਨਾ ਨੇ ਕਿਹਾ ਵੀ ਮੇਰੇ ਬੱਚਿਆਂ ਦੇ ਉੱਪਰ ਜਿਹੜਾ ਨਿਗਰ ਰੱਖੀ ਜਾ ਰਹੀ ਆ ਹੋਰ ਛੜ ਕੇ ਗਿਆਨੀ ਰਕਬੀਰ ਸਿੰਘ ਨੇ ਵੀ ਕਿਹਾ ਕਿ ਮੇਰੇ ਬੱਚੇ ਨਹੀਂ ਉਹ ਤਾਂ ਸਾਰੇ ਸਿੰਘ ਉਸ ਦੋਨੋਂ ਸਿੰਘ ਸਹਬਾਨਾ ਨੇ ਗੱਲ ਕਹੀ ਹੈ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ ਤਾਂ ਉੱਥੇ ਤੱਕ ਵੀ ਉਹਨਾਂ ਦੀ ਰੈਕੀ ਕੀਤੀ ਜਾ ਰਹੀ ਆ ਠੀਕ ਹੈ ਚਲੋ ਇੱਕ ਲੰਬਾ ਮਸਲਾ ਹੈਗਾ ਵੀ ਰੈਕੀ ਕਿਨੇ ਕੀਤੀ ਆ ਕਿਵੇਂ ਕੀਤੀ ਆ ਕਦੋਂ ਕੀਤੀ ਆ ਨਾ ਤੇ ਮਸਲਾ ਤਾਂ ਇਹ ਇੱਥੋਂ ਜਿੱਥੋਂ ਮੇਨ ਜਿੱਥੋਂ ਗੱਲ ਮੋੜ ਬੱਜਿਆ ਪਰ ਇਹ ਵੀ ਜੇਕਰ ਜਦੋਂ ਵਿਰਸਾ ਸਿੰਘ ਬਲਟੋਹਾ ਨੇ ਇਹ ਗੱ ਦਿਰਸਾ ਸਿੰਘ ਬਲਟੋਹਾ ਨੂੰ ਅੰਦਰ ਜਾ ਕੇ ਸਿੰਘ ਸਹਿਬਾਨ ਦੇ ਨਾਲ ਮੈਨੂੰ ਲੱਗਦਾ ਵੀ ਬਹਿਸ ਬਾਜੀ ਨਹੀਂ ਕਰਨੀ ਚਾਹੀਦੀ ਸੀ ਇਹ ਹੀ ਸਾਹਮਣੇ ਆਇਆ ਕਿ ਉਹਨੇ ਅੰਦਰ ਵੀ ਜਾ ਕੇ ਉਹਨੇ ਬਹਿਸ ਕੀਤੀ ਹੈ ਔਰ ਦੂਜੀ ਗੱਲ ਜਦੋਂ ਉਹਨਾਂ ਨੂੰ ਇੱਕ ਸਜ਼ਾ ਸੁਣਾ ਦਿੱਤੀ ਗਈ ਤਾਂ ਇਹ ਵੀ ਨਾਲ ਕਹਿਤਾ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਹੁਣ ਬਾਹਰ ਜਾ ਕੇ ਹੋਰ ਜ਼ਿਆਦਾ ਕੁਝ ਨਹੀਂ ਬੋਲੋਗੇ ਪਰ ਵਿਰਸਾ ਸਿੰਘ ਬਲਟੋਹਾ ਨੇ ਮੈਂ ਦੇਖਿਆ ਕਿ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਉਹਨਾਂ ਨੇ ਉਸੇ ਦਿਨ ਰਾਤ ਨੂੰ ਹੀ ਦੁਆਰਾ ਫਿਰ ਬੇਲ ਕਾਮ ਹੋ ਕੇ ਨਿੱਜੀ ਜ਼ਿੰਦਗੀ ਦੇ ਉੱਪਰ ਉਹਨਾਂ ਤੇ ਨਿੱਜੀ ਤੌਰ ਤੇ ਅਟੈਕ ਜਿਹੜੇ ਕਰਨੇ ਸ਼ੁਰੂ ਕਰਦੇ ਔਰ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਜਾਤਪਾਤ ਦਾ ਵੀ ਗੱਲ ਕੀਤੀ ਮੇਰੇ ਜਾਤ ਤੇ ਵੀ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਜਾਤਪਾਤ ਬਾਰੇ ਵੀ ਬੋਲਿਆ ਗਿਆ ਠੀਕ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਬੱਚਿਆਂ ਨੂੰ ਨੰਗਾ ਕਰਨ ਦੀਆਂ ਤੱਕ ਦੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਵੀ ਮੈਂ ਇੱਕ ਧੀ ਦਾ ਪਿਓ ਵੀ ਆ ਠੀਕ ਹੈ ਠੀਕ ਹੈ ਕਿ ਉਹ ਇੱਕ ਪਰਿਵਾਰਕ ਮਸਲੇ ਵੀ ਹੈਗੇ ਨਾ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਮੈਂ ਜਦੋਂ ਕੱਲ ਉਹਨਾਂ ਦੇ ਉਹਨਾਂ ਜਿਹੜਾ ਸ਼ਾਮ ਨੂੰ ਇੱਕ ਵੀਡੀਓ ਰਿਲੀਜ਼ ਕੀਤੀ ਆਪਣੀ ਤਾਂ ਉਹ ਇੱਕ ਬੜੇ ਭਾਵੁਕ ਹੁੰਦਿਆਂ ਵੀਡੀਓ ਰਿਲੀਜ਼ ਕੀਤੀ ਹੈ ਕਿ ਮੰਨ ਲਓ ਬਹੁਤ ਸਦਮੇ 'ਚ ਆ ਕੇ ਇੱਕ ਇੱਕ ਇਹ ਹੁੰਦਾ ਨਾ ਕਿ ਜਦੋਂ ਤੁਸੀਂ ਕੋਈ ਅਸਤੀਫਾ ਦੇ ਰਹੇ ਹੋ ਆਪਣੀ ਪਦਵੀ ਤੋਂ ਤਾਂ ਉਹ ਇੱਕ ਆਪਾ ਹੁੰਦੇ ਆ ਵੀ ਠੀਕ ਹੈ ਵੀ ਮੈਂ ਅਸਤੀਫਾ ਦਿੱਤਾ ਤਾਂ ਉਹ ਇੱਕ ਲਹਿਜਾ ਹੁੰਦਾ ਜਿਹੜਾ ਇੱਕ ਅਲੱਗ ਤਰੀਕੇ ਦਾ ਹੁੰਦਾ ਲਹਿਜਾ ਪਰ ਜਿਹੜਾ ਲਹਿਜੇ ਦੇ ਵਿੱਚ ਜਥੇਦਾਰ ਸਿੰਘ ਸੇਵਾਦਾਰ ਗਾਇਨੀ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ ਕੱਲ ਜਦੋਂ ਤਾਂ ਉਹਨਾਂ ਦਾ ਲਹਿਜਾ ਇੱਕ ਬਹੁਤ ਜ਼ਿਆਦਾ ਭਾਵੁਕ ਤੇ ਡਰਿਆ ਹੋਇਆ ਚਿਹਰਾ ਸੀ ਮੈਂ ਉਹਨਾਂ ਨੂੰ ਮਨਪਰਾ ਜੀ ਮੈਂ ਕਹਿੰਦਾ ਨਾ ਬੰਦਾ ਵੀ ਅੰਦਰੋਂ ਕੋਈ ਜ਼ਿਆਦਾ ਦੁਖੀ ਹੁੰਦਾ ਉਸ ਬਹੁਤ ਜ਼ਿਆਦਾ ਮਤਲਬ ਜਿਵੇਂ ਬਹੁਤ ਜ਼ਿਆਦਾ ਡਰਿਆ ਹੋਇਆ ਜਾਂ ਡਰਿਆ ਹੋਇਆ ਸੀਗਾ ਤੇ ਮੇਰੇ ਖਿਆਲ ਚ ਇਹੋ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਹੁਣ ਗੱਲ ਇਹ ਵੀ ਅੱਗੇ ਹੋਏਗਾ ਕੀ ਅ ਇੱਕ ਤਾਂ ਇਹ ਹੈ ਕਿ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਅਹੁਦੇ ਤੇ ਹਾਲ ਦੇ ਘੜੀ ਬਣੇ ਰਹਿਣਗੇ ਠੀਕ ਹੈ ਕਿਉਂ ਕਿ ਉਹਨਾਂ ਦਾ ਜਿਹੜਾ ਅਸਤੀਫਾ ਐਸਜੀਪੀਸੀ ਨੇ ਠੁਕਰਾਤਾ ਲਾ ਲਓ ਰੱਦ ਕਰਤਾ ਲਾ ਲਓ ਚਾਹੇ ਉਹਨਾਂ ਨੂੰ ਨਾ ਮਨਜ਼ੂਰ ਕਰਤਾ ਅਸਤੀਫਾ ਉਹਨਾਂ ਦਾ ਪ੍ਰਵਾਨ ਨਹੀਂ ਹੋਇਆ ਪਰ ਕਨਾਲ ਵੀ ਵਰਪਾਣਾ ਜਿਸ ਤਰ੍ਹਾਂ ਆਪਾਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੀ ਸਭਾ ਬਾਰੇ ਗੱਲ ਕੀਤੀ ਆਵੇ ਜਿਸ ਵਿੱਚ ਸੁਜਿੰਦਰ ਸਿੰਘ ਰੰਦਾਵੇ ਦੀ ਗੱਲ ਕੀਤੀ ਆਵੇ ਗੁਰਜੀਤ ਔਜਲੇ ਦੀ ਗੱਲ ਕੀਤੀ ਆਵੇ ਤਾਂ ਹੋਰ ਵੀ ਜਿਹੜੇ ਕਾਂਗਰਸੀ ਲੀਡਰ ਨੇ ਤਾਂ ਉਹਨਾਂ ਨੇ ਮੰਗ ਕੀਤੀ ਹੈ ਵੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਵਿਕਸ਼ਾ ਸਿੰਘ ਵਲਟੋਹਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਸਿੰਘ ਸਭਾ ਬਾਰੇ ਉੱਪਰ ਟਿੱਪਣੀ ਕੀਤੀ ਆ ਜਾਂ ਇਸ ਤਰ੍ਹਾਂ ਆਰਟੀ ਸੰਨ ਜਿਹੜਾ ਕੰਮ ਕੀਤਾ ਚਾਹੀਦਾ ਜਾਂ ਫਿਰ ਇਹ ਪਰਚੇ ਦੀ ਕੋਈ ਮर्यादा ਜਾਂ ਕੀ ਹੋਣਾ ਚਾਹੀਦਾ ਅਮਰਜੀਤ ਗੱਲ ਇਹ ਹੈ ਵੀ ਮੰਗ ਕਰਨਾ ਸਾਡਾ ਅਧਿਕਾਰ ਹੈ ਮੰਗ ਕੋਈ ਵੀ ਕਰ ਦੋ ਮੰਗ ਉਹਨਾਂ ਨੇ ਕੀਤੀ ਹੈ ਮੰਗ ਤੁਸੀਂ ਵੀ ਕਰ ਦੋ ਮੰਗ ਮੈਂ ਵੀ ਕਰਦਾ ਵਿਆਹ ਚੀਜ਼ ਹੋਣੀ ਚਾਹੀਦੀ ਆ ਪਰ ਉਹ ਇੱਕ ਕਾਨੂੰਨ ਹੈਗਾ ਕਿ ਕਾਨੂੰਨ ਦੇ ਦੈਰੇ ਚ ਬਿਲਕੁਲ ਵੀ ਜਿਹੜਾ ਪਰਚਾ ਹੋਣਾ ਉਹ ਪਰਚਾ ਕਿਵੇਂ ਹੋਣਾ ਉਹ ਇੱਕ ਕਾਨੂੰਨੀ ਦੈਰੇ ਚ ਆ ਕੇ ਹੋਣਾ ਜਿਹਦੇ ਨਾਲ ਬੀਤੀ ਹੈ ਜਿਹਦੇ ਨਾਲ ਹੋਈ ਹੈ ਕੰਪਲੇਨੈਂਟ ਹੈ ਜਾਂ ਜਿਹੜਾ ਪੀੜਤ ਤੇ ਰਹਿ ਉਹ ਪੀੜਤ ਤੇਰ ਕੰਪਲੇਂਟ ਕਰੇਗੀ ਵੀ ਮੇਰੇ ਨਾਲ ਆ ਹੋਇਆ ਤੇ ਇਸ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤਾਂ ਫਿਰ ਉਸ ਤੋਂ ਬਾਅਦ ਹੀ ਜਿਹੜਾ ਉਹ ਇਹ ਪੁਲਿਸ ਜਿਹੜੇ ਕੇਸ ਹੈ ਕਰਨੇ ਕਾਨੂੰਨੀ ਕਾਰਵਾਈ ਜਿਹੜੀ ਹੈ ਕਾਨੂੰਨੀ ਦਾਅ ਪੇਚ ਨੇ ਜਿਹੜੇ ਇਹ ਫਿਰ ਹੁੰਦੇ ਨੇ ਹੁਣ ਇਹ ਤਾਂ ਹੈ ਨੀਗਾ ਵੀ ਜਿਵੇਂ ਪਹਿਲਾਂ ਆਪਾਂ ਦੇਖਿਆ ਜੋ ਸੁਖਵੀਰ ਸਿੰਘ ਬਾਦਲ ਵਾਲਾ ਮਸਲਾ ਆਇਆ ਕਈ ਸੰਸਥਾਵਾਂ ਗਈਆਂ ਹੂੰ ਕਈ ਲੀਡਰ ਗਏ ਉਹਨਾਂ ਬਾਰੋਂ ਉਹਨਾਂ ਨੇ ਮੰਗ ਪੱਤਰ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਉੱਥੇ ਦਿੱਤੇ ਤੇ ਬਾਹਰ ਆ ਕੇ ਆਪ ਹੀ ਉਹਨਾਂ ਨੇ ਮੰਗ ਕੀਤੀ ਕਿ ਇਹਦੇ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਹਰ ਆ ਕੇ মিডিਆ ਦੇ ਸਾਹਮਣੇ ਆਪ ਹੀ ਇਹ ਗੱਲ ਕਹਿੰਦੇ ਨੇ ਵੀ ਇਸ ਤੇ ਆਹ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਠੀਕ ਹੈ ਪਹਿਲਾਂ ਤਾਂ ਮੰਗ ਵੀ ਕਰਤੀ ਕਿ ਸਖਤ ਕਾਰਵਾਈ ਹੋਵੇ ਤੇ ਬਾਹਰ ਆ ਕੇ ਇਹ ਵੀ ਦੱਸਤਾ ਕਿ ਕਾਰਵਾਈ ਹੋਣੀ ਕਿਹੜੀ ਚਾਹੀਦੀ ਆ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਠੀਕ ਹੈ ਕਿ ਸਾਡੇ ਸਿੰਘ ਸੇਵਾਨਾਂ ਦਾ ਜਿਹੜਾ ਪੈਰੋਗੇਟਿਵ ਆ ਉਹ ਇੱਕ ਧਾਰਮਿਕ ਸਜਾਦਾ ਹੈਗਾ ਇੱਕ ਲਾਗਾ ਜਿੱਦਾਂ ਦਾ ਆਪਾਂ ਉਹਤੇ ਬਹੁਤੀ ਟਿੱਕ ਟਿੱਪਣੀ ਜਿਹੜੀ ਕਰਨੀ ਜਾਇਜ਼ ਨਹੀਂ ਸਮਝਦੇ ਪਰ ਜਦੋਂ ਆ ਜਾਂਦਾ ਕਾਨੂੰਨੀ ਦੈਰਾ ਹੂੰ ਜਦੋਂ ਗੱਲ ਕਾਨੂੰਨ ਦੀ ਆ ਜਾਂਦੀ ਹੈ ਤਾਂ ਉੱਥੇ ਆ ਕੇ ਇਹ ਨਹੀਂ ਹੈਗਾ ਕਿ ਆਪਾਂ ਜੇ ਮੰਗ ਕਰਤੀ ਤੇ ਪਰਚਾ ਹੋ ਗਿਆ ਉਹ ਤਾਂ ਇਹ ਹੈ ਵੀ ਪੀੜਤ ਧਿਰ ਕੌਣ ਆ ਇਹ ਦੇਖੀ ਜਾਊਗੀ ਤੇ ਪੀੜਤ ਧਿਰ ਦੇ ਨਾਲ ਬਾਰੇ ਨੇਮ ਪਰਚਾ ਕਰਾਉਂਦੇ ਕੀ ਦਿੱਤੇ ਆ ਕੰਪਲੇਨੈਂਟ ਤੁਸੀਂ ਦਿਓਗੇ ਕੀ ਦੇ ਖਿਲਾਫ ਆ ਇੱਕ ਗੱਲ ਜ਼ਰੂਰ ਹੈ ਵੀ ਜੇ ਵਾਕਈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਹੋਇਆ ਉਹਨਾਂ ਦੇ ਪਰਿਵਾਰ ਨੂੰ ਡਰ ਹੈ ਉਹਨਾਂ ਦੇ ਬੱਚਿਆਂ ਨੂੰ ਡਰ ਹੈ ਉਹਨਾਂ ਦੇ ਪਰਿਵਾਰਕ ਮਸਲਿਆਂ ਤੱਕ ਇਹ ਗੱਲ ਪਹੁੰਚੀ ਹੈ ਤਾਂ ਫਿਰ ਉਹ ਕੰਪਲੇਂਟ ਕਰ ਸਕਦੇ ਨੇ ਠੀਕ ਹੈ ਠੀਕ ਹੈ ਉਹ ਕੰਪਲੇਂਟ ਦੇ ਸਕਦੇ ਨੇ ਤਾਂ ਜਿਹੜੀ ਕਾਰਵਾਈ ਹੋਣੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੇ ਹੋਣੀ ਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੰਪਲੇਂਟ ਦੇਣ ਤੇ ਹੀ ਹੋਣੀ ਆ ਹੁਣ ਦੇਖਣਾ ਇਹ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਵਿਰਸਾ ਸਿੰਘ ਬਲਟਵਾ ਦੇ ਖਿਲਾਫ ਕੰਪਲੇਂਟ ਦੇਣਗੇ ਜਾਂ ਸਮੁੱਚੇ ਸਿੱਖ ਜਗਤ ਜਾਂ ਸਮੁੱਚੇ ਜਿਹੜੇ ਸਿੰਘ ਸਹਿਬਾਨ ਨੇ ਉਹ ਇਕੱਠੇ ਹੋ ਕੇ ਕੰਪਲੇਂਟ ਦੇਣਗੇ ਆ ਫਿਰ ਕਈ ਵਾਰ ਇਹ ਵੀ ਹੁੰਦਾ ਕਿ ਕੁਝ ਮਜਬੂਰੀਆਂ ਹੁੰਦੀਆਂ ਨੇ ਬਿਲਕੁਲ ਕਈ ਵਾਰੀ ਧਾਰਮਿਕ ਤੌਰ ਤੇ ਬਿਲਕੁਲ ਸਿਆਸੀ ਤੌਰ ਤੇ ਭਾਈਚਾਰਕ ਤੌਰ ਤੇ ਤੇ ਕਈ ਵਾਰਾ ਜੀਆਂ ਸਾਂਝਾਂ ਸਾਂਝੇ ਇੱਕ ਤੌਰ ਤੇ ਵੀ ਮਜਬੂਰੀਆਂ ਹੁੰਦੀਆਂ ਨੇ ਕਿ ਆਪਾਂ ਕਾਫੀ ਕੁਝ ਚੀਜ਼ਾਂ ਨੂੰ ਅਣਗੌਲਿਆ ਕਰਨਾ ਪੈਂਦਾ ਜਿਸ ਤਰ੍ਹਾਂ ਅੱਜ ਪੰਥ ਘੱਟ ਹੋਇਆ ਸਾਰੀਆਂ ਧਿਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅੱਧਾ ਮੈਨੂੰ ਲੱਗਦਾ ਹੈ ਬਿਲਕੁਲ ਇੱਕ ਗੱਲ ਮੈਂ ਲਾਸਟ ਦਿਨ ਗੱਲ ਜਰੂਰ ਕਹਾਂਗਾ ਤੁਹਾਨੂੰ ਕਿ ਜੇਕਰ ਮਸਲਾ ਇੰਨਾ ਹਾਈਲਾਈਟ ਨਾ ਹੁੰਦਾ ਹੂੰ ਤਾਂ ਹੋ ਸਕਦਾ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ। ਨਾ ਨਾ ਬਿਲਕੁਲ ਠੀਕ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੇ ਦਵਾ ਹੀ ਇੰਨਾ ਕ ਬਣ ਗਿਆ। ਐਸਜੀਪੀਸੀ ਤੇ ਸਿੱਖ ਕੌਮ ਦਾ ਦਵਾ ਹੀ ਇੰਨਾ ਕ ਬਣ ਗਿਆ ਕਿ ਅੱਜ ਸਿੰਘ ਸਹਿਬਾਨ ਦਾ ਅਸਤੀਫਾ ਨਾ ਮਨਜ਼ੂਰ ਕਰਨਾ ਪਿਆ। ਤਾਂ ਇਹ ਸਿੱਖ ਕੌਮ ਦਾ ਇੱਕ ਦਵਾ ਹੀ ਮੰਨਿਆ ਜਾ ਸਕਦਾ। ਅਦਰਵਾਈਜ਼ ਅਗਰ ਦਵਾ ਨਾ ਹੁੰਦਾ ਤੇ ਅੱਜ ਸਿੰਘ ਸਹਿਬਾਨ ਦੀ ਪਦਵੀ ਜਿਹੜੀ ਉਹਦੇ ਹੇਠੋਂ ਚਲੀ ਜਾਣੀ ਸੀ। ਠੀਕ ਹੈ ਰਮਾ ਜੀ ਬਹੁਤ ਧੰਨਵਾਦ। ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਸਿੰਘ ਸਾਹਿਬ ਕਾਨੀ ਹਰਪ੍ਰੀਤ ਸਿੰਘ ਦੇ ਮਸਲਨ ਲੈ ਕੇ ਏਰੀਆ ਗੱਲਬਾਤ ਕੀਤੀ ਆ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਰਪਾੜਨ ਦੀ ਹੋ ਇਜਾਜ਼ਤ ਧੰਨਵਾਦ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc. Million Miles with Smile or scan QR code to contact us. Flying Bird Truck Repair Trust We Build in Truck Repair or scan QR code to contact us. The Masala Twist Oxnard Find Authentic Indian Cuisine or scan QR code to contact us. Pizza Twist Taste We Twist Order Today Call or Visit Website or scan QR code to contact us. New India Market or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apakai made and served with love. Scan this QR code to contact us. Krishan Kumar Covered California, certified agency, manager who can help you, your family, and your small business with health insurance. Call at 1-877-830-3270. Or scan QR code to call or text.